ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਦੋਸਤ ਖੈਰiyat ਨਾਲ ਹੋਣਗੇ ਵਧੀਆ ਹੋਣਗੇ ਅੱਜ ਆਪਾਂ ਸਿੱਖ ਧਰਮ ਦੇ 7ਵੇਂ ਗੁਰੂ ਗੁਰੂ ਹਰ राय ਜੀ ਦੀ ਜੀਵਨ ਕਥਾ ਸੁਣਾਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਜ਼ੁਬਾਨੀ 6ਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਸਾਹਿਬ ਤੋਂ ਬਾਅਦ 7ਵੇਂ ਗੁਰੂ ਬਣੇ ਗੁਰੂ ਹਰ राय ਜੀ ਉਹਨਾਂ ਨੇ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੀ ਅੱਜ ਆਪਾਂ ਇੱਕ ਕਥਾ ਸੁਣਨੇ ਆ ਕਥਾ ਕਾਫੀ ਲੰਬੀ ਆਪਾਂ ਇਹਨੂੰ ਐਂਡ ਤੱਕ ਦੇਖਨੇ ਆ ਗੁਰੂ ਹਰ राय ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਤਵੀਂ ਜੋਤ ਹਨ ਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੰਜ ਸੁਪੁੱਤਰ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਜੀ ਬਾਬਾ ਸੂਰਜਮਲ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਦੀ ਇੱਕ ਬੱਚੀ ਵੀ ਸੀ ਜਿਸ ਦਾ ਨਾਮ ਬੀਬੀ ਵੀਰੋ ਕਰਕੇ ਸੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੁਝ ਪਰਸਥਿਤੀਆਂ ਨੂੰ ਮੁੱਖ ਰੱਖ ਕੇ ਤੇ ਆਪਣੇ ਚਾਉਣ ਦੇ ਨਜ਼ਰੀਏ ਨੂੰ ਮੁੱਖ ਰੱਖ ਕੇ ਗੱਦੀ ਪੋਤਰੇ ਨੂੰ ਬਖਸ਼ਿਸ਼ ਕੀਤੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਨੇ ਤੇ ਸਿੱਖ ਜਗਤ ਦੇ ਵਿੱਚ ਇਹ ਅਦੁੱਤੀ ਘਟਨਾ ਅਗਾਹ ਚਲ ਕੇ ਘਟੀ ਕਿ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਦਾਦੇ ਨੂੰ ਗੱਦੀ ਦਿੱਤੀ ਆ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਏ ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਸ਼ਾਂਤੀ ਦੀ ਮੂਰਤੀ ਸ਼ਾਂਤੀ ਦੇ ਮਜਸਮੇ ਸਨ ਇਤਿਹਾਸ ਵਿੱਚ ਇੱਕ ਬੜੀ ਸੁੰਦਰ ਗਾਥਾ ਹੈ ਬਗੀਚੇ ਵਿੱਚ ਆਪ ਟੈਲ ਮੈਸਨ ਕਿ ਆਪ ਦਾ ਜਾਮਾ ਚੋਲਾ ਹਵਾ ਨਾਲ ਉੜਿਆ ਤੇ ਉਸ ਉਡਾਰੀ ਦੇ ਨਾਲ ਇੱਕ ਫੁੱਲ ਟੁੱਟ ਗਿਆ ਚੋਲੇ ਦੇ ਸਪਰਸ਼ ਦੇ ਨਾਲ ਇੱਕ ਖਿੜਿਆ ਹੋਇਆ ਫੁੱਲ ਜ਼ਮੀਨ ਤੇ ਗਿਰਿਆ ਹੈ ਗੁਰੂ ਹਰ राय ਸਾਹਿਬ ਦੇ ਕਦਮ ਰੁਕ ਗਏ ਭਾਵੇਂ ਆਪ ਬਾਲ ਰੂਪ ਦੇ ਸਨ ਉੱਥੇ ਹੀ ਖੜੇ ਹੋ ਗਏ ਸੋਚੀ ਪਏ ਗਏ ਇਤਨੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਟੈਲਦੇ ਹੋਇਆ ਤੇ ਪੁੱਛਣ ਲੱਗੇ ਬੇਟਾ ਕਿ ਸੋਚ ਦੇ ਵਿੱਚ ਕਿਸ ਦਲੀਲ ਦੇ ਚ ਪਏ ਹੋ ਤਾਂ ਗੁਰੂ ਹਰਰਾਇ ਜੀ ਸਾਹਿਬ ਕਹਿਣ ਲੱਗੇ ਗੁਰਦੇਵ ਪਿਤਾ ਮੇਰੇ ਚੋਲੇ ਦੇ ਸਪਰਸ਼ ਨਾਲ ਇਹ ਫੁੱਲ ਟੁੱਟ ਗਿਆ ਹੈ ਹੁਣੇ ਖਿੜਿਆ ਹੋਇਆ ਸੀ ਡਾਲੀ ਨਾਲ ਲੱਗਿਆ ਹੋਇਆ ਸੀ ਝੂਮ ਰਿਆ ਸੀ ਡਿਗ ਗਿਆ ਇਹਦਾ ਝੁਮਣਾ ਬੰਦ ਹੋ ਗਿਆ ਮੈਨੂੰ ਦੁੱਖ ਇਸ ਤੋਂ ਹੀ ਪਤਾ ਚੱਲਦਾ ਹੈ ਗੁਰੂ ਹਰ ਰਾਜ ਸਾਹਿਬ ਜੀ ਮਹਾਰਾਜ ਦਾ ਹਿਰਦਾ ਕਿੰਨਾ ਕੋਮਲ ਹੈ ਕਿਤਨਾ ਅਤਿਅੰਤ ਕੋਮਲ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕਦਮ ਫਰਮਾਨ ਕੀਤਾ ਬੇਟੇ ਜੇ ਵੱਡਾ ਚੋਲਾ ਪੈ ਨਹੀਂਦਾ ਤਾਂ ਉਸ ਨੂੰ ਸੰਭਾਲ ਕੇ ਰੱਖੀਦਾ ਹੈ ਇਸ਼ਾਰਾ ਰمز ਬਹੁਤ ਵੱਡੀ ਕਰ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਔਰ ਇਸ਼ਾਰਿਆਂ ਚ ਕਹਿ ਗਏ ਕੁਸੀਂ ਚੋਲਾ ਹੁਣ ਅਗਾਹ ਚੱਲ ਕੇ ਵੱਡਾ ਹੀ ਧਾਰਨ ਕਰਨਾ ਹੈ ਜ਼ਿੰਮੇਵਾਰੀ ਬਹੁਤ ਵੱਡੀ ਸਵਾਲਨੀ ਹੈ ਸਮਾ ਪਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਆਪ وارث ਬਣੇ 2200 ਅਸਵਾ ਆਪ ਆਪਣੇ ਨਾਲ ਰੱਖਦੇ ਸਨ 2200 ਲੇਕਿਨ ਜੰਗ ਆਪਨੇ ਕਿਧਰੇ ਵੀ ਨਹੀਂ ਲੜੀ ਇਹ ਸਿਰਫ ਆਪ ਦੀ ਦੀ ਸੁਰੱਖਿਆ ਔਰ ਜਗਤ ਨੂੰ ਇਹ ਦੱਸਣਾ ਸੀ ਕਿ ਜ਼ਿੰਦਗੀ ਦੇ ਕੁਝ ਮਸਲੇ ਐਸੇ ਨੇ ਜੋ ਬੈਰੋਨੀ ਸ਼ਕਤੀ ਨਾਲ ਹੱਲ ਹੁੰਦੇ ਨੇ ਕੁਝ ਮਸਲੇ ਐਸੇ ਨੇ ਜੋ ਅੰਦਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ ਸਬਰ ਸਿੱਦਕ ਵਿਚਾਰ ਗਿਆਨ ਦੀ ਮੂਰਤੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਅੱਗੇ ਇੱਕ ਦਫਾ ਸਿੱਖਾਂ ਨੇ ਬੇਨਤੀ ਕੀਤੀ ਪਾਠ ਕਰੇ ਹਮ ਨਿਤ ਗੁਰਬਾਣੀ ਅਰਥ ਪਰਮਾਰਥ ਕਿਛੂ ਨ ਜਾਣੇ ਜੋ ਮਾਰਗ ਗੁਰ ਸ਼ਬਦ ਬਤਾ ਹੈ ਸੋ ਹਮ ਤੇ ਨਹੀਂ ਜਾਤ ਕਮਾਏ ਪਾਤਸ਼ਾ ਬਾਣੀ ਦਾ ਪਾਠ ਤੇ ਸੀ ਦਿਨ ਰਾਤ ਕਰਦੇ ਆ ਪਰ ਸੂਝ ਨਹੀਂ ਸਮਝ ਨਹੀਂ ਅਰਥਾਂ ਦਾ ਬੋਧ ਨਹੀਂ ਤੇ ਜੇ ਕਿਸੇ ਕਿਸੇ ਥਾ ਅਰਥ ਦਾ ਕੁਝ ਬੋਧ ਵੀ ਹੈ ਤਾਂ ਬਾਣੀ ਹਿਰਦੇ ਚ ਨਹੀਂ ਵਸੀ ਅੰਦਰ ਨਹੀਂ ਟਿਕੇ ਤੋ ਜਦ ਹਿਰਦੇ ਚ ਬਾਣੀ ਵਸੀ ਨਹੀਂ ਤੇ ਬਾਣੀ ਦੀ ਸਾਡੇ ਕੋਲ ਵਿਚਾਰ ਨਹੀਂ ਤੇ ਬਾਦਸ਼ਾਹ ਇਸ ਤਰ੍ਹਾਂ ਦੇ ਪਾਠ ਦਾ ਵੀ ਲਾਭ ਹੈ ਇਤਿਹਾਸਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸੈਰ ਕਰਦੇ ਹੋਇਆ ਆਪ ਜੀ ਦੇ ਨਾਲ ਸਿੱਖਾ ਨੇ ਇਹ ਪ੍ਰਸ਼ਨ ਕੀਤਾ ਆਪ ਦਾ ਪੈ ਇੱਕ ਮਿੱਟੀ ਦੀ ਠੀਕਰੀ ਨੂੰ ਵਜਿਆ ਇਹ ਠੀਕਰੀ ਇੱਕ ਐਸੀ ਡੋਲੀ ਘੜੀ ਦੀ ਸੀ ਜਿਹਦੇ ਚ ਗਾਓ ਪਾ ਕੇ ਰੱਖਿਆ ਗਿਆ ਸੀ ਕਾਫੀ ਚਿਰ ਤੱਕ ਕਾਫੀ ਸਮਾਂ ਟੁੱਟ ਗਈ ਭੱਜ ਗਈ ਅਗਲੇ ਨੇ ਸਭ ਦਿੱਤੀ ਲੇਕਨ ਉਸ ਠੀਕਰੀ ਦੇ ਚਿਕਣਾਈ ਸੀ ਮਹਾਰਾਜ ਕਹਿਣ ਲੱਗੇ ਰਹੀ ਚਿਕਨਤਾ ਠੀਕਰ ਮਾਹੀ ਤਿਉ ਬਾਣੀ ਰਹੇ ਮਨ ਮਾਹੀ ਇਹ ਠੀਕ ਹੈ ਕਿ ਹੁਣ ਘਿਓ ਨਹੀਂ ਪਰ ਘਿਓ ਦੀ ਚਿਕਨਾਈ ਅਜੇ ਵੀ ਉਸ ਠੀਕਰੀ ਦੇ ਨਾਲ ਹੈ ਇਹ ਠੀਕ ਹੈ ਹਿਰਦੇ ਚ ਬਾਣੀ ਤੇ ਨਹੀਂ ਟਿਕੇ ਪਰ ਬਾਣੀ ਆਪਣੀ ਚਿਕਣਾਈ ਦੇ ਜਾਏਗੀ। ਕਮ ਸੇ ਕਮ ਜਿੰਨੀ ਦੇਰ ਤੱਕ ਮਨੁੱਖ ਪਾਠ ਕਰੇਗਾ, ਇਤਨਾ ਬੋਧ ਤੇ ਜ਼ਰੂਰ ਹੋਵੇਗਾ ਕਿ ਮੈਂ ਪਾਠ ਕਰ ਰਿਹਾ ਹਾਂ। ਉਤਨੀ ਦੇਰ ਤੇ ਸੁਸਨਾ ਗਲਤ ਬਿਆਨੀ ਨਹੀਂ ਕਰੇਗੀ। ਚਲੋ ਬਾਣੀ ਨਹੀਂ ਰਹੀ। ਬਾਣੀ ਦੀ ਚਿਕਣਾਈ ਤੇ ਰਹਿ ਜਾਏਗੀ। ਐਸ ਵਾਸਤੇ ਅਗਰ ਅਰਥ ਨਹੀਂ ਵੀ ਆਉਂਦੇ, ਅੰਦਰ ਨਹੀਂ ਵੀ ਟਿਕੇ, ਮਨ ਨਹੀਂ ਵੀ ਜੁੜਿਆ, ਤਾਂ ਨਹੀਂ ਬਾਣੀ ਦਾ ਪਾਠ ਲਾਭਕਾਰੀ ਹੈ। ਗੁਰੂ ਹਰਿ ਰਾਏ ਸਾਭ ਜੀ ਮਹਾਰਾਜ ਦਾ ਇਹ ਸੰਦੇਸ਼ ਇਹ ਉਪਦੇਸ਼ ਸਾਹਿਬ ਗੁਰੂ ਹਰਿ ਰਾਏ ਸਾਭ ਜੀ ਮਹਾਰਾਜ ਨੇ ਆਪਣੇ ਉਪਦੇਸ਼ਾਂ ਰਾਹੀਂ ਸਿੱਖ ਜਗਤ ਨੂੰ ਬਾਰ ਬਾਰ ਇਹ ਸਮਝਾਇਆ ਕਿ ਕਦੀ ਪ੍ਰਦਰਸ਼ਨੀ ਨਾ ਕਰਨਾ ਪ੍ਰਦਰਸ਼ਨੀ ਨਮਾਇਸ਼ ਨਹੀਂ ਕਰਨੀ ਨਮਾਇਸ਼ ਜਿੰਨਾ ਗੁਣ ਜਿੰਨੀ ਸਮਰੱਥਾ ਤੁਹਾਡੇ ਕੋਲ ਹੈ ਉਤਨਾ ਹੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ ਜੋ ਤੁਸੀਂ ਨਹੀਂ ਹੋ ਉਹ ਨਾ ਪ੍ਰਗਟ ਕਰਨਾ ਜੋ ਤੁਸੀਂ ਹੋ ਉਸਨੂੰ ਛੁਪਾਉਣ ਦੀ ਕੋਸ਼ਿਸ਼ ਵੀ ਨਾ ਕਰਨਾ ਕਿਸੇ ਹੱਦ ਤੱਕ ਮਨੁੱਖ ਦੀ ਅੱਧੀ ਸ਼ਕਤੀ ਜੋ ਕੁਝ ਹੈ ਉਸਨੂੰ ਛੁਪਾਉਣ ਵਿੱਚ ਖਰਚ ਹੋ ਜਾਂਦੀ ਹੈ ਤੇ ਅੱਧੀ ਸ਼ਕਤੀ ਜੋ ਕੁਝ ਇਹ ਨਹੀਂ ਹੈ ਉਹਨੂੰ ਪ੍ਰਗਟ ਕਰਨ ਵਿੱਚ ਖਰਚ ਹੋ ਜਾਂਦੀ ਹੈ ਇਸ ਤਰ੍ਹਾਂ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ਅਕਾਰਤ ਚਲਾ ਜਾਂਦਾ ਹੈ ਸੁਭਾਨ ਅੱਲਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੀਆਂ ਦੋ ਸੰਤਾਨਾਂ ਸੰ ਦੋ ਬੱਚੇ बाबा राम राय ਤੇ ਸ੍ਰੀ ਗੁਰੂ ਹਰੀਕ੍ਰਿਸ਼ਨ ਗੁਰੂ ਹਰ राय ਸਾਹਿਬ ਜੀ ਨੇ ਪ੍ਰਣ ਕੀਤਾ ਹੋਇਆ ਸੀ ਕਿ ਨਹਿ ਮਲੇਸ਼ ਕੋ ਦਰਸ਼ਨ ਦੇਹ ਅਸੀਂ ਆਪਣਾ ਪਾਵਨ ਦਰਸ਼ਨ ਮਲੇਸ਼ ਨੂੰ ਨਹੀਂ ਦੇਣਾ ਖਾਸ ਕਰਕੇ ਉਸ ਨੂੰ ਜੋ ਗੁਰੂ ਘਰ ਦਾ અત્યੰਤ ਘਾਤਕ ਹੈ ਘਾਤਕ ਹੈ ਆਖਿਰ ਵਕਤ ਦੇ ਸਤਾਧਾਰੀਆਂ ਨੇ ਆਪਜੀ ਦੇ ਨਾਲ 2200 ਅਸਵਾਰਾਂ ਨੂੰ ਵੇਖ ਕੇ ਆਪਣੇ ਲਈ ਖਤਰਾ ਸਮਝਿਆ ਇਹ ਗੱਲ ਵੱਖਰੀ ਹੈ ਕਿ ਕੋਮਲ ਹਿਰਦੇ ਦੇ مالک ਗੁਰੂ ਹਰ राय ਸਾਹਿਬ ਜੀ ਮਹਾਰਾਜ ਉਹਨਾਂ ਨਾਲ ਕੋਈ ਬੈਰ ਨਹੀਂ ਰੱਖਦੇ ਸੀ ਕਹਿੰਦੇ ਨੇ ਇੱਕ ਦਫਾ ਸ਼ਾਹ ਜਹਾਂ ਦੇ ਲੜਕੇ ਦਾਰਾ ਜੋ ਬਾਅਦ ਵਿੱਚ ਬੜਾ ਖੁਦਾ ਤਰਸ ਹੋਇਆ ਉਸ ਨੂੰ ਕੁਝ ਪੇਟ ਦੇ ਇਸ ਢੰਗ ਦੇ ਭਿਆਨਕ ਰੋਗ ਹੋਏ ਤੇ ਵੈਦਾਨੇ ਆਖਿਆ ਕਿ ਇਤਨੀ ਇਤਨੀ ਨਿਕਦਾਰ ਦੀ ਹਰੜ ਤੇ ਲੌਂਗ ਹੋਵੇ ਇਤਨੇ ਵਜ਼ਨ ਦੀ ਤੇ ਉਸ ਦੀ ਔਸ਼ਧੀ ਬਣਾ ਕੇ ਰੋਗ ਦੂਰ ਕੀਤਾ ਜਾ ਸਕਦਾ ਹੈ ਉਸ ਵਕਤ ਇਹ ਚੀਜ਼ਾਂ ਕੇਵਲ ਗੁਰੂ ਹਰ राय ਸਾਹਿਬ ਜੀ ਮਹਾਰਾਜ ਦੇ ਦੋਸ਼ੇ ਖਾਨੇ ਚ ਸੀ ਤਾਂ ਆਪਨੇ ਫੌਰਨ ਭਜਵਾ ਦਿੱਤੀਆਂ ਕੋਮਲ ਹਿਰਦੇ ਦੇ ਮਾਲਕ ਨੇ ਆਪਣੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਰੱਖਿਆ ਸਾਹਿਬ ਗੁਰੂ ਹਰ राय ਸਾਹਿਬ ਜੀ ਮਹਾਰਾਜ ਇਸ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ ਤਾਂ ਗੁਰੂ ਘਰ ਦੀ ਪਰੰਪਰਾ ਅਨਸਾਰ ਗੁਰਗੱਦੀ ਦੀ ਚੋਣ ਦੇ ਵਿੱਚ ਆਪਨੇ ਵੀ ਉਹੀ ਕੁਝ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਸੀ ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ ਵੱਡੇ ਸਹਬਜ਼ਾਦੇ RAM ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੂੰ ਜੋ ਉਸ ਵਕਤ ਕੇਵਲ ਸਾਢੇ 5 ਵਰਿਆਂ ਦੇ ਸਨ ਗੱਦੀ ਤੇ ਬਿਠਾਇਆ 5 ਵਰੇ 5 ਸਾਲ ਦੇ ਸਾਢੇ 5 ਵਰੇ ਦੇ ਬਾਲਕ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਜਦ ਗੱਦੀ ਸੰਭਾਲੀ ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਬਣੇ ਤਾਂ ਚਾਰੋਂ ਪਾਸੇ ਛੇਵੇਂ ਗੋਈਆਂ ਵੀ ਹੋਈਆਂ ਹੈ ਸਾਢੇ 5 ਸਾਲ ਦਾ ਬੱਚਾ ਔਰ ਗੁਰੂ ਚਾਣਕ ਤੇ ਇਸ ਤਰ੍ਹਾਂ ਦੇ ਹੋਰ ਆਲਮਾ ਦੇ ਕਥਨ ਅਨੁਸਾਰ ਮਨੁੱਖ ਦੇ ਅੰਦਰ ਸੰਜੀਦਗੀ ਦੂਰ ਦ੍ਰਿਸ਼ਟੀ ਕੋਈ 35 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ ਪ੍ਰੋੜਤਾ ਬਾਲਗ ਹੋਣਾ ਹਰ ਪਹਿਲੂ ਦੀ ਸੂਝ ਸਮਝ ਜਿਹੜੀ ਹੈ ਇਹ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ ਚਾਣਕ ਦੇ ਐਸਾ ਕਹਿਣਾ ਹੈ ਕਿਸੇ ਨੂੰ ਰਾਜ ਤਿਲਕ ਦੇ ਕੇ ਰਾਜ ਗੱਦੀ ਤੇ ਬਿਠਾਣਾ ਹੈ ਸਮਾਜ ਸੁਧਾਰਕ ਬਣਾਣਾ ਹੈ ਜਾਂ ਧਾਰਮਿਕ ਮੁਖੀ ਬਣਾਣਾ ਹੈ ਤਾਂ ਉਸ ਦੀ ਉਮਰ 35 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ ਸਹੀ ਗੱਲ ਸਹੀ ਗੱਲ ਇਸ ਅਸੂਲ ਨੂੰ ਬڑے ਕਰੜੇ ਢੰਗ ਨਾਲ ਭਾਰਤ ਵਾਸੀ ਮੰਨਦੇ ਆ ਸਿਆਣੇ ਲੋਕ ਮੰਨਦੇ ਆ ਕਿ ਜਿਸ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ ਕਮ ਸੇ ਕਮ ਉਸ ਦੇ ਸੰਜੀਦਗੀ ਦੂਰ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਇਹ ਸਭ ਕੁਝ ਜੀਵਨ ਵਰਦੀਆਂ ਠੋਕਰਾਂ ਖਾ ਕੇ 35 ਸਾਲ ਤੋਂ ਬਾਅਦ ਪਰਮ ਰੋਂਦੀ ਹੈ ਲੇਕਿਨ ਇਸ ਵਿਚਾਰ ਦੇ ਨਾਲ ਜਗਤ ਦੇ ਅਧਿਆਤਮੀ ਪੁਰਸ਼ ਬਹੁਤ ਸਾਰੇ ਆਲੋਚਨ ਭਗਤ ਜਨ ਸਹਿਮਤ ਨਹੀਂ ਹਨ ਕਿ ਬਜ਼ੁਰਗੀ ਦੂਰ ਦ੍ਰਿਸ਼ਟੀ ਅਕਲ ਮੰਦੀ 35 ਸਾਲ ਤੋਂ ਸ਼ੁਰੂ ਹੁੰਦੀ ਹੈ ਇੱਥੇ ਸਾਲਾਂ ਦਾ ਤਕਾਜ਼ਾ ਨਹੀਂ ਹੈ ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਬਜ਼ੁਰਗੀ ਬਾ ਅਕਲ ਅਸ ਨਕੇ ਬਾ ਸਾਲ ਤਵੰਗਰੀ ਬਾ ਦਿਲ ਅਸ ਨਕੇ ਬਾ ਮਾਲ ਬਜ਼ੁਰਗੀ ਅਕਲ ਤੋਂ ਸ਼ੁਰੂ ਹੁੰਦੀ ਹੈ ਨਾ ਕਿ ਸਾਲਾਂ ਤੋਂ ਸਾਲਾਂ ਨਾਲ ਅਕਲ ਨੂੰ ਨਾਪਣਾ ਬਹੁਤ ਔਖੀ ਗੱਲ ਹੈ ਹੋ ਸਕਦਾ ਹੈ ਉਮਰ ਸਾਲਾਂ ਕਰਕੇ 10 ਸਾਲ ਦੀ ਹੋਵੇ ਪਰ ਬੌਧਕ ਉਮਰ 100 ਸਾਲ ਦੀ ਹੋਵੇ ਐਸਾ ਵੀ ਹੋ ਸਕਦਾ ਹੈ ਸਰੀਰਕ ਉਮਰ 100 ਸਾਲ ਦੀ ਹੋਵੇ ਤੇ ਬੌਧਕ ਉਮਰ ਸਿਰਫ 5 ਵਰਿਆਂ ਦੀ ਹੋਵੇ 10 ਸਾਲ ਦੀ ਹੋਵੇ ਔਰ ਅਸੀਂ ਅਕਸਰ ਦੇਖਦੇ ਹਾਂ ਕਈ ਦਫਾ ਛੋਟੇ 마ਸੂਮ ਬੱਚੇ ਬਜ਼ੁਰਗਾਂ ਵਾਲੀ ਗੱਲ ਕਰਦੇ ਨੇ ਕਈ ਦਫਾ ਬਹੁਤ ਵੱਡੇ ਵੱਡੇ ਬੁੱਢੇ ਬਿਲਕੁਲ ਬੱਚਿਆਂ ਵਾਲੀ ਗੱਲ ਕਰਦੇ ਸਹੀ ਗੱਲ ਪਛਾਣ ਕਿਸ ਤਰ੍ਹਾਂ ਹੋਵੇਗੀ ਕਿ ਇਸ ਬੰਦੇ ਕੋਲ ਬਾਲ ਬੁੱਧ ਹੈ ਬौਧਕ ਤੌਰ ਤੇ ਇਹ ਉન્નਤ ਨਹੀਂ ਹੋ ਸਕਿਆ ਬਚਪਨਾ ਬਣਿਆ ਆਇਆ ਹੈ ਸਰੀਰ ਨੂੰ ਵੇਖਾਂਗੇ ਤੇ ਸਰੀਰ ਦੀ ਬਣਾਵਟ ਉਹ ਇੱਕਦਮ ਅੰਦਾਜ਼ਾ ਲੱਗ ਜਾਂਦਾ ਹੈ ਬੱਚਾ ਹੈ ਜਵਾਨ ਹੈ ਇਹ ਬੁੱਢਾ ਹੈ ਪਰ ਇਹ ਕਿਸ ਤਰ੍ਹਾਂ ਅੰਦਾਜ਼ਾ ਲਗੇ ਇਹ ਬੌਧਿਕ ਤੌਰ ਤੇ ਬਜ਼ੁਰਗ ਹੈ ਜਵਾਨ ਹੈ ਤੇ ਬੱਚਾ ਹੈ ਪਹਿਚਾਣ ਹੋ ਸਕਦੀ ਹੈ ਬੱਚੇ ਦੀਆਂ ਰੁਚੀਆਂ ਵਿੱਚ ਖੇਡ ਪ੍ਰਧਾਨ ਹੈ ਉਹ ਖੇਡਣਾ ਚਾਹੁੰਦਾ ਹੈ ਤੇ ਖੇਡਣ ਲਈ ਉਹਨੂੰ ਚਾਹੀਦੇ ਨੇ ਖਿਡੌਣੇ ਜਦ ਘਰ ਦੇ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਨੂੰ ਕਹਿ ਦੇਣਾ ਔਰ ਪਿਓ ਨੂੰ ਕਹਿ ਦੇਣਾ ਤੂੰ ਘੋੜਾ ਬਣ ਮੈਂ ਤੇਰੀ ਪਿੱਠ ਤੇ ਬੈਠਾ ਤੂੰ ਜੋ ਮਾਨੂੰ ਖਿਡੌਣਾ ਬਣਾ ਸਕਦਾ ਹੈ ਪਿਤਾ ਨੂੰ ਖਿਡੌਣਾ ਬਣਾ ਸਕਦਾ ਉਸ ਬੱਚੇ ਦੀ ਦ੍ਰਿਸ਼ਟੀ ਚ ਗੁਰੂ ਵੀ ਖਿਡੌਣਾ ਹੈ ਪ੍ਰਮਾਤਮਾ ਵੀ ਖਿਡੌਣਾ ਹੈ ਭਗਤ ਕਬੀਰ ਨੇ ਜ਼ਿਕਰ ਕੀਤਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਡੌਣਾ ਜਾਣਾ ਜਿਹਦੀ ਦ੍ਰਿਸ਼ਟੀ ਦੇ ਚਰਾਮ ਖਿਡਾਉਣਾ ਹੈ ਸਪਸ਼ਟ ਹੈ ਕਿ ਧਾਰਮਕ ਬੁੱਧੀ ਜਿਹੜੀ ਉਸ ਦੇ ਕੋਲ ਹੈ ਉਹ ਬੱਚਿਆਂ ਵਾਲੀ ਉਹ ਬੌਧਿਕ ਤੌਰ ਤੇ ਉन्नत ਨਹੀਂ ਹੋ ਸਕਿਆ ਤੇ ਅਜੋਕੀ ਸਿਆਣਿਆਂ ਨੇ ਮਨੋਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬੌਧਿਕ ਉਮਰ ਦਾ ਸਰੀਰਕ ਉਮਰ ਨਾਲ ਕੋਈ ਤੱਲਕ ਨਹੀਂ ਸਰੀਰ ਦੇ ਵਿਕਾਸ ਦੇ ਨਾਲ ਨਾਲ ਬੌਧਿਕ ਵੀ ਵਿਕਾਸ ਹੋਇਆ ਹੈ ਇਹ ਲਾਜ਼ਮੀ ਨਹੀਂ ਇਹ ਜ਼ਰੂਰੀ ਨਹੀਂ ਰਿਸ਼ਟ ਪੁਸ਼ਟ ਖਾਜਾ ਕੇ ਚੰਗੇ ਭੋਜਨ ਪਦਾਰਤ ਛੱਕ ਕੇ ਤੇ ਉਹਨੂੰ ਪਚਾ ਕੇ ਮਨੁੱਖ ਦਾ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ ਜਵਾਨ ਹੁੰਦਾ ਹੈ ਬਲਵਾਨ ਹੁੰਦਾ ਹੈ ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਤੇ ਵਿਚਾਰਨ ਦੇ ਨਾਲ ਮਨੁੱਖ ਦਾ ਅਧਿਆਤਮਿਕ ਬੌਪ ਵਧਦਾ ਹੈ ਜੈਸੇ ਕਿ ਭਗਤ ਕਬੀਰ ਜੀ ਕਹਿੰਦੇ ਨੇ ਤੁਰਕ ਤਰੀਕ ਕ ਜਾਣੀਏ ਹਿੰਦੂ ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕਛੂ ਇੱਕ ਪੜੀਏ ਗਿਆਨ ਮਨ ਨੂੰ ਉਨਤ ਕਰਨ ਲਈ ਬૌਧਿਕ ਤੌਰ ਤੇ ਉਨਤ ਹੋਣ ਲਈ ਉਨਤ ਕੁਛ ਨਾ ਕੁਛ ਗਿਆਨ ਪੜਨਾ ਚਾਹੀਦਾ ਵਿਚਾਰਨਾ ਚਾਹੀਦਾ ਇਹ ਦਰਸਲ ਮਿਹਨਤ ਵਕ ਹੈ ਸਰੀਰਿਕ ਮਿਹਨਤ ਵਕ ਹੈ ਦਿਮਾਗੀ ਮਿਹਨਤ ਵਕ ਹੈ ਸਰੀਰ ਨੂੰ ਉਨਤ ਕਰਨ ਦੇ ਸਾਧਨ ਵਕ ਨੇ बुद्धि ਨੂੰ ਉન્નਤ ਕਰਨ ਦੇ ਸਾਧਨ ਵਖ ਨੇ ਤੋਂ ਸਾਹਿਬੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਉਮਰ ਕਰਕੇ ਤੇ ਬਾਵੇਂ 5 ਵਰਿਆਂ ਦੇ ਨੇ ਔਰ 7.5 ਸਾਲ ਦੇ ਹੁੰਦੇ ਹੁੰਦੇ ਆਪ ਜਗਤ ਤੋਂ ਰੁਕਸਤ ਵੀ ਹੋ ਗਏ ਕੇਵਲ 2 ਸਾਲ ਆਪ ਗੁਰਗੱਦੀ ਤੇ ਬਿਰਾਜਮਾਨ ਹੋਏ ਲੇਕਿਨ ਸੰਸਾਰ ਦੇ ਵਿੱਚ ਇੱਕ ਅਮਿੱਟ ਛਾਪ ਛੱਡ ਗਏ ਕਿ ਉਮਰ ਦਾ ਤਕਾਜ਼ਾ ਨਹੀਂ ਸਾਲਾਂ ਦੀ ਗੱਲ ਨਹੀਂ ਗੱਲ ਬੁੱਧੀ ਦੀ ਗੱਲ ਅਕਲ ਦੀ ਗੱਲ ਅਧਿਆਤਮਿਕ ਉન્નਤੀ ਦੀ ਹੈ ਸੰਸਾਰ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਚੱਲਦਾ ਹੈ ਕੁਝ ਬਜ਼ੁਰਗਾਂ ਨੇ ਬਿਲਕੁਲ ਬੱਚਿਆਂ ਵਾਲੀ ਗੱਲ ਕੀਤੀ ਹੈ ਔਰ ਕੁਝ ਬੱਚਿਆਂ ਨੇ ਬਜ਼ੁਰਗਾਂ ਵਾਲੀ ਗੱਲ ਕੀਤੀ ਹੈ ਸੰਸਾਰ ਦੇ ਇਤਿਹਾਸ ਵਿੱਚ ਬੱਚੇ ਭਗਤ ਹੋਏ ਨੇ ਬੱਚੇ ਬ੍ਰह्मज्ञानी ਹੋਏ ਨੇ ਬੱਚੇ ਸ਼ਹੀਦ ਹੋਏ ਨੇ ਔਰ ਜੋ ਕਮੀ ਰਹਿ ਗਈ ਸੀ ਉਹਨੂੰ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕੀਤਾ ਬੱਚੇ ਗੁਰੂ ਵੀ ਹੋ ਸਕਦੇ ਨੇ ਧਰੂਤੇ ਪ੍ਰਹਿਲਾਦ ਜਿਨ੍ਹਾਂ ਦੀ ਉਮਰ 5 6 ਸਾਲ ਦੀ ਹੈ ਤੇ 5 6 ਸਾਲ ਦੀ ਉਮਰ ਦੇ ਚ ਹੀ ਇਹ ਦੋਵੇਂ ਬ੍ਰह्मज्ञानी ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੀ ਕਿ ਨਾਮ ਕਿਵੇਂ ਜਪਣਾ ਹੈ ਤੋ ਮਹਾਰਾਜ ਦੀ ਬਾਣੀ ਕਹਿੰਦੀ ਏ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿਲਾਦ ਜਪਿਓ ਹਰੀ ਜੈਸੇ ਐ ਬੰਦੇ ਐਸੀ ਸਾਲ ਦੇ ਬੁੱਢੇ ਐ 60 ਸਾਲ ਦੇ ਬਜ਼ੁਰਗ ਬੰਦੇ ਪਰਮਾਤਮਾ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਧਰੋ ਨੇ ਜਪੇ ਸਹੀ ਹੈ 5 ਸਾਲ ਦੇ ਪ੍ਰਹਿਲਾਦ ਨੇ ਜਪਿਆ ਪਾਉਂਚ ਬ੍ਰਖ ਕੋ ਅਲਾਤ ਧਰੂ ਬਾਰਖ ਹਰ ਸਿਮਰਤ ਅਮਰ ਅਟਾਰੇ ਕੁਝ ਐਸੇ ਸਿੱਖ ਹੋਏ ਨੇ ਉਮਰ ਕਰਕੇ ਤੇ ਬੱਚੇ ਸਨ ਪਰ ਅਕਲ ਕਰਕੇ ਬਜ਼ੁਰਗ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ 마ਸੂਮ ਬਾਲਕ ਨੇ ਸਤ ਅਠਵਰਿਆਂ ਦੇ ਬਾਲਕ ਨੇ ਮਿੱਸੇ ਪ੍ਰਸ਼ਾਦ ਤੇ ਲੱਸੀ ਦਾ ਲੋਟਾ ਪੇਸ਼ ਕੀਤਾ ਆਖਿਆ ਬਾਬਾ ਜੀ ਆਪ ਪਾਨ ਕਰੋ ਛਕ ਲਓ ਮੈਂ ਬੜੀ ਸ਼ਰਧਾ ਦੇ ਨਾਲ ਲਿਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੱਚੇ ਦੀ ਸ਼ਰਧਾ ਵੇਖੀ ਬੋਲਣ ਦਾ ਲਹਿਜਾ ਵੇਖਿਆ ਪੇਸ਼ ਕਰਨ ਦਾ ਅੰਦਾਜ਼ ਵੇਖਿਆ ਤਾਂ ਆਪ ਨੇ ਇੱਕਦਮ ਦੋ ਮਿੱਸੇ ਪ੍ਰਸ਼ਾਦੇ ਲੈ ਲਏ ਲੱਸੀ ਦਾ ਲੋਟਾ ਲੈ ਲਿਆ ਬੜੇ ਪ੍ਰੇਮ ਨਾਲ ਛਕਿਆ ਤੇ ਭਾਂਡੇ ਵਾਪਸ ਕਰਦੇ ਹੋਇਆ ਸਤਿਗੁਰੂ ਕਹਿਣ ਲੱਗੇ ਬਾਲਕ ਅਸੀਂ ਤ੍ਰਿਪਤ ਹੋ ਗਏ ਆ ਲੈ ਤੂੰ ਆਪਣੇ ਭਾਂਡੇ ਲੈ ਜਾ ਇਹ ਮਾਸੂਮ ਬਾਲਕ ਹੱਥ ਜੋੜ ਕੇ ਕਹਿੰਦਾ ਹੈ ਗੁਰੂ baba ਭੋਜਨ ਛਕਣ ਦੇ ਨਾਲ ਸਰੀਰ ਤ੍ਰਿਪਤ ਹੁੰਦਾ ਹੈ ਮਨ ਕਿਵੇਂ ਤ੍ਰਿਪਤ ਹੁੰਦਾ ਹੈ ਹਾਏ 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 ਮਨ ਕਿਵੇਂ ਰਜਦਾ ਹੈ 당ਗ ਰਹਿ ਗਏ ਇਸ ਪ੍ਰਸ਼ਨ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਭਈ ਉਮਰ ਤੇ ਕੁਝ ਵੀ ਨਹੀਂ ਸਿਰ ਤੇ ਹੱਥ ਰੱਖਿਆ ਤੇ ਉਸ ਬੱਚੇ ਨੂੰ ਆਖਿਆ ਬੱਚਿਆ ਉਮਰ ਤੇ ਤੇਰੀ ਕੁਛ ਵੀ ਨਹੀਂ ਪਰ ਗੱਲਾਂ ਬੁਢਿਆਂ ਦੀ ਕਰਦਾ ਵਿਚਾਰਾਂ ਬੁਢਿਆਂ ਦੀ ਪੁੱਛਦਾ ਇਸ ਬਾਲਕ ਦਾ ਨਾਂ ਪੈ ਗਿਆ ਬਾਬਾ ਬੁੱਢਾ ਆਹ ਬਾਬਾ ਬੁੱਢਾ ਬੜੇ ਵੱਡੀ ਪਾਤਸ਼ਾਹੀਆਂ ਤੱਕ ਰਿਹਾ ਬੜੀ ਵੱਡੀ ਸ਼ਖਸੀਅਤ ਸੀ ਇਸਨੇ ਪੰਜ ਪਾਤਸ਼ਾਹੀਆਂ ਨੂੰ ਆਪਣੇ ਹੱਥੀ ਤਿਲਕ ਦਿੱਤਾ ਉੱਥੇ ਸਾਲਾਂ ਦੀ ਗੱਲ ਨਹੀਂ ਉਮਰ ਦੀ ਗੱਲ ਨਹੀਂ ਇੱਥੇ ਬੁੱਧੀ ਦੀ ਗੱਲ ਹੈ ਅਕਲ ਦੀ ਗੱਲ ਹੈ ਸੰਸਾਰ ਦੇ ਇਤਿਹਾਸ ਵਿੱਚ ਕੁਝ ਬੱਚੇ ਐਸੇ ਵੀ ਹੋਏ ਨੇ ਜੋ ਪੂਰਨ ਸ਼ਹੀਦ ਨੇ Hazrat Ali ਦੇ ਦੋ 마ਸੂਮ ਬੱਚੇ हसन ਤੇ ਹੁਸੈਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ 마ਸੂਮ लाडले ਦੋ ਮੈਦਾਨੇ ਜੰਗ ਚ ਚਮਕੌਰ ਸਾਹਿਬ ਸ਼ਹੀਦ ਹੋਏ ਦੋ ਸਰਹੰਦ ਦੀਆਂ ਵਿੱਚ ਚਣ ਦਿੱਤੇ ਗਏ ਲਾਹੌਰ ਦੇ ਚ ਇੱਕ 마ਸੂਮ ਬੱਚਾ ਸੈਦ ਹਰੀ ਘਰਾਣੇ ਦਾ ਗੁਰਸਿੱਖ ਘਰਾਣੇ ਦਾ ਹਕੀਕਤ ਰਾਏ ਸ਼ਹੀਦ ਹੋ ਗਿਆ ਤੋਂ ਇਤਿਹਾਸ ਪੜਨ ਤੋਂ ਪਤਾ ਚੱਲਦਾ ਹੈ ਬੱਚੇ ਸ਼ਹੀਦ ਹੋਏ ਨੇ ਬੱਚੇ ਭਗਤ ਹੋਏ ਨੇ ਬੱਚੇ ਬ੍ਰह्मਗੈ ਨਹੀਂ ਹੋਏ ਨੇ ਬੱਚੇ ਗੁਰੂ ਕੇ ਸਿੱਖ ਹੋਏ ਨੇ ਰਹਿੰਦੀ ਜੋ ਕਮੀ ਸੀ ਉਸ ਨੂੰ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕਰ ਦਿੱਤਾ ਕਿਉਂਕਿ ਬੱਚਾ ਅਜੇ ਤੱਕ ਗੁਰੂ ਨਹੀਂ ਹੋਇਆ ਸੀ ਸਾਹਿਬ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਕੇ ਇਸ ਖਲਾਨ ਨੂੰ ਵੀ ਆਪ ਨੇ ਪੂਰਾ ਕਰ ਦਿੱਤਾ ਇਸ ਕਮੀ ਨੂੰ ਵੀ ਆਪ ਨੇ ਮੁਕੰਮਲ ਕਰ ਦਿੱਤਾ ਸੰਪੂਰਨ ਕਰ ਦਿੱਤਾ ਉਮਰ ਦੀ ਗੱਲ ਨਹੀਂ ਅਕਲ ਦੀ ਗੱਲ ਹੈ 80 ਸਾਲ ਦਾ ਬੁੱਢਾ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ ਐ ਮੇਰੇ ਬੱਚੇ ਤੈਨੂੰ ਇਹ ਜਪਨਾ ਪਏਗਾ ਜਲ ਹਰਨਾਕਸ਼ ਫਲ ਹਰਨਾਕਸ਼ ਜਲ ਹਰਨਾਕਸ਼ ਫਲ ਹਰਨਾਕਸ਼ ਪਰ ਪੰਜ ਵਰਿਆਂ ਦਾ ਪ੍ਰਹਿਲਾਦ ਕਹਿੰਦਾ ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ ਜਲ ਹੈ ਰਾਮ ਫਲ ਹੈ ਰਾਮ ਜਲ ਹੈ ਰਾਮ ਫਲ ਹੈ ਰਾਮ ਸਿੱਖ ਧਰਮ ਦੇ 6ਵੇਂ ਬੜੇ ਗੁਰੂ ਗੁਰੂ ਹਰਗੋਬਿੰਦ ਸਿੰਘ ਸਾਹਿਬ ਦੇ ਪੋਤਰੇ ਜੋ ਕਿ ਬਾਅਦ ਚ 7ਵੇਂ ਗੁਰੂ ਬਣੇ ਗੁਰੂ ਹਰ ਰਾਏ ਜੀ ਦੀ ਆਪਾ ਇੱਕ ਕਥਾ ਸੁਣ ਰਹੇ ਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਜ਼ੁਬਾਨੀ ਮੈਂ ਇੱਕ ਗ੍ਰੰਥੀ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੇ ਮੈਨੂੰ ਆਖਿਆ ਕਿ 7ਵੇਂ ਗੁਰੂ ਗੁਰੂ ਹਰ ਰਾਏ ਜੀ ਬਹੁਤ ਜ਼ਿਆਦਾ ਮਾਸੂਮ ਸੀ ਬੜੇ ਜ਼ਿਆਦਾ ਦਇਆ ਕਰਨ ਵਾਲੇ ਸੀ ਤੇ ਬਾਕੀ ਗੁਰੂ ਗੁਰੂ ਹਰਗੋਬਿੰਦ ਸਿੰਘ ਸਾਹਿਬ ਨੇ ਕਾਫੀ ਸਾਰੀਆਂ ਜੰਗਾਂ ਵੀ ਲੜੀਆਂ ਲੇਕਿਨ ਗੁਰੂ ਹਰਾਈ ਜੀ ਨੇ ਆਪਣੀ ਜ਼ਿੰਦਗੀ ਚ ਕੋਈ ਜੰਗ ਨਹੀਂ ਲੜੀ ਉਹ ਬਹੁਤ ਮਾਸੂਮ ਤਬੀਅ ਦੇ ਮਾਲਕ ਸੀ ਉਹ ਅਗਰ ਸ਼ਿਕਾਰ ਤੇ ਵੀ ਜਾਂਦੇ ਸੀ ਤੇ ਜਾਨਵਰ ਨੂੰ ਜ਼ਿੰਦਾ ਪਕੜ ਕੇ ਲੈਂਦੇ ਸੀ ਉਹਦੇ ਤੇ ਜ਼ੁਲਮ ਨਹੀਂ ਕਰਦੇ ਸੀ ਤੇ ਅਗਰ ਕੋਈ ਜਾਨਵਰ ਜਾਂ ਕੋਈ ਪਰਿੰਦਾ ਜ਼ਖਮੀ ਹੈ ਤੇ ਉਹਦਾ ਇਲਾਜ ਕਰਦੇ ਸੀ ਫਿਰ ਆਪਾਂ ਕਥਾ ਦੇ ਸ਼ੁਰੂ ਚ ਸੁਣਿਆ ਕਿ ਸਕੰਦ ਸ਼ਾਹਜਹਾਨ ਦਾ ਬੇਟਾ ਜੋ ਕਿ ਬਿਮਾਰ ਹੋ ਗਿਆ ਤੇ ਉਹਦੀ ਟ੍ਰੀਟਮੈਂਟ ਉਹਦਾ ਇਲਾਜ ਵੀ ਗੁਰੂ ਹਰ ਰਾਏ ਜੀ ਨੇ ਕੀਤਾ ਉਸ ਤੋਂ ਬਾਅਦ ਉਹਨਾਂ ਦਾ ਗੋਬੀਟਾ ਸਕੰਦ ਸ਼ਾਹਜਹਾਨ ਦਾ ਬੇਟਾ ਜੋ ਕਿ ਔਰੰਗਜ਼ੇਬ ਉਹਨੇ ਫਿਰ ਕਿਸ ਤਰ੍ਹਾਂ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੇਟਾ ਨੇ ਕਿਸ ਤਰ੍ਹਾਂ ਜ਼ੁਲਮ ਕਮਾਇਆ ਉਹ ਸਾਰੇ ਜਾਣਦੇ ਨੇ ਅੱਛਾ ਇਹਨਾਂ ਦੇ ਬਾਰੇ ਇਹ ਵੇ ਕਿ ਇਹਨਾਂ ਦੇ ਜਿਹੜੇ ਦਾਦਾ ਸੀ 7ਵੇਂ ਗੁਰੂ ਦੇ ਉਹ ਖੁਦ ਇੱਕ ਗੁਰੂ ਸੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਗੁਰੂ ਹਰ Rai ji ਦੇ ਇੱਕ ਭਾਈ ਜਿਨ੍ਹਾਂ ਦਾ ਨਾਮ ਸੀ ਗਾਲਬਨ ਮੀਰਦਲ ਦਾ ਮੀਰਦਲ ਮੈਂ ਗਾਲਬਨ ਅਗਰ ਗਲਤ ਨਾ ਹੋਵਾਂ ਮੀਰਦਲ ਉਹਨਾਂ ਦਾ ਨਾਮ ਉਹਨਾਂ ਨੇ ਜਦੋਂ ਗੁਰੂ ਹਰਗੋਬਿੰਦ ਸਿੰਘ ਸਾਹਿਬ ਨੇ ਇਹਨਾਂ ਨੂੰ ਸਤਵਾਂ ਗੁਰੂ ਬਣਾਇਆ ਤੇ ਉਹ ਵੈਰ ਕਮਾਂ ਲੱਗ ਪਏ ਉਹਨਾਂ ਨਾਲ ਤੇ ਅਦੀ ਗ੍ਰੰਥ ਨੂੰ ਉਠਾ ਕੇ ਕਰਤਾਰਪੁਰ ਪਾਕਿਸਤਾਨ ਚ ਲੈ ਆਏ ਜਾਂ ਕਰਤਾਰਪੁਰ ਇੰਡੀਆ ਦੇ ਵਿੱਚ ਉੱਥੇ ਲੈ ਕੇ ਚਲੇ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਾਫੀ ਜ਼ਿਆਦਾ ਉਹਨਾਂ ਨਾਲ ਰਾਬਤਾ ਕਰਕੇ ਉਹ ਆਦੀ ਗ੍ਰੰਥ ਮੰਗਵਾਈ ਲੇਕਿਨ ਉਹਨਾਂ ਨੇ ਦੁਬਾਰਾ ਉਹਨਾਂ ਨਾਲ ਕੋਈ ਰਾਬਤਾ ਨਹੀਂ ਕੀਤਾ ਸਿਰਫ ਇਸ ਵਜ੍ਹਾ ਤੋਂ ਕਿ ਗੁਰੂ ਹਰ Rai ਜੀ ਦੀ ਜਗ੍ਹਾ ਤੇ ਮੈਨੂੰ ਗੁਰੂ ਦੀ ਗੱਦੀ ਮਿਲਣੀ ਚਾਹੀਦੀ ਸੀ ਲੇਕਿਨ ਸਾਰੇ ਗੁਰੂ ਉਹਨੂੰ ਹੀ ਗੱਦੀ ਦਿੰਦੇ ਆਏ ਜਿੰਦੇ ਵਿੱਚ ਉਸ ਤਰ੍ਹਾਂ ਦੀ ਜ਼ਿੰਮੇਵਾਰੀ ਸੀ ਉਹ ਜ਼ਿੰਮੇਵਾਰੀ ਨੂੰ ਸੰਭਾਲਣ ਦੀ ਤਾਕਤ ਸੀ ਕਾਬਲੀਅਤ ਸੀ ਆਪਾਂ ਗਿਆਨੀ ਸੰ ਸਿੰਘ ਮਸਕੀਨ ਜੀ ਦੀ ਕਥਾ ਸੁਣਦੇ ਪਏ ਸੀ ਲੇਕਿਨ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਗੁਰੂ ਹਰ Rai ਜੀ ਦਾ ਥੋੜੀ ਗੱਲਬਾਤ ਕੀਤੀ ਉਹਨਾਂ ਦੇ ਅੱਗੇ ਬੀਟੇ ਜੋ ਕਿ 8ਵੇਂ ਗੁਰੂ ਬਣੇ ਗੁਰੂ ਹਰਕ੍ਰਿਸ਼ਨ ਜੋ ਕਿ 5 ਸਾਲ ਦੀ ਉਮਰ ਦੇ ਵਿੱਚ ਗੁਰੂ ਬਣ ਗਏ ਮੈਨੂੰ ਕਾਫੀ ਜ਼ਿਆਦਾ ਹੈਰਾਨਗੀ ਹੋਈ ਦੋਸਤੋ ਕਿਉਂਕਿ ਵਾਕਈ ਇੱਕ ਗੁਰੂ ਜਾਂ ਕੋਈ پیغمبر ਨਬੀ ਹੋਣ ਵਾਸਤੇ ਦੋਸਤੋ ਬੰਦਾ ਜਿਵੇਂ ਹੁਣ ਸਾਡੇ ਇਸਲਾਮ ਧਰਮ ਦੇ ਵਿੱਚ ਆਖਰੀ ਸਾਡੇ ਨਬੀ حضرت ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ 40 ਸਾਲ ਦੀ ਉਮਰ ਦੇ ਵਿੱਚ ਨਬੀ ਬਣੇ ਸੀ ਤੇ 5 ਸਾਲ ਦੀ ਉਮਰ ਦੇ ਵਿੱਚ ਗੁਰੂ ਬਣਾ ਦਿੱਤਾ ਗਿਆ ਇੱਕ ਵਾਰੀ ਤੇ ਮੈਂ ਇਹ ਗੱਲ ਸੁਣ ਕੇ ਚੱਕਰਾ ਆ ਗਿਆ ਹੈਰਾਨ ਹੋ ਗਿਆ ਲੇਕਿਨ ਉਹਨਾਂ ਨੇ ਫਿਰ ਅਗੋ ਦਲੀਲ ਵੀ ਦਿੱਤੀ ਕਿ ਗੁਰੂ ਬਣਨ ਵਾਸਤੇ ਕੋਈ ਸਾਲਾਂ ਦੀ अहमियत ਨਹੀਂ ਹੈ ਸਾਲਾਂ ਦੀ ਮਹਿਮਾ ਨਹੀਂ ਹੈ ਬਲਕਿ ਗੁਰੂ ਕੋਈ ਵੀ ਬਣ ਸਕਦਾ ਤੁਸੀਂ ਦੇਖਦੇ ਹੋ ਕਿ ਬੱਚੇ ਸਿਆਣੀਆਂ ਗੱਲਾਂ ਕਰ ਰਹੇ ਹੁੰਦੇ ਨੇ ਤੇ ਜਿਹੜੇ ਸਿਆਣੇ ਨੇ ਉਹ ਉਹ ਜਿਹੜੇ ਵੱਡੇ ਹੁੰਦੇ ਨੇ ਉਹ ਬੱਚਿਆਂ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਨੇ حضرت امام हसन हुसैन ਵਾਕਈ ਬਹੁਤ ਵੱਡੀਆਂ ਪਰਸਨਲਿਟੀਆਂ ਸਾਡੀ ਉਹਨਾਂ ਵਾਸਤੇ ਜਾਨ ਗੁਰਬਾਨ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਮਿਲਿਆ ਇਸੇ ਤਰ੍ਹਾਂ ਕਈ ਬੱਚੇ ਆਪਣੇ ਉਮਰ ਤੋਂ ਜ਼ਿਆਦਾ बड़े ਹੁੰਦੇ ਨੇ ਅਕਲ ਦੇ ਵਿੱਚ ਜ਼ਿਆਦਾ ਹੁੰਦੇ ਨੇ ਗੁਰੂ ਹਰ ਰਾਏ ਜੀ ਦੇ ਬਾਰੇ ਥੋੜੀ ਗੱਲ ਕੀਤੀ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਲੇਕਿਨ ਉਹਨਾਂ ਦੇ ਕੋ بیٹے ਦੇ ਬਾਰੇ ਕਾਫੀ ਜ਼ਿਆਦਾ ਉਹਨਾਂ ਨੇ ਗੱਲਬਾਤ ਕਰ ਦਿੱਤੀ ਬਸ ਉਹਨਾਂ ਦੇ ਬਾਰੇ ਇਹ ਹੀ ਦੱਸਿਆ ਕਿ ਉਹ ਬਿਮਾਰਾਂ ਦਾ ਇਲਾਜ ਕਰਦੇ ਸੀ ਉਹ ਇੱਕ ਤਬੀਬ ਸੀ ਇੱਕ ਹਕੀਮ ਸੀ ਉਹਨਾਂ ਨੇ ਹਸਪਤਾਲ ਵੀ ਬਣਾਏ ਸੀ 1630 ਦੇ ਵਿੱਚ ਗੁਰੂ ਹਰ राय ਜੀ ਪੈਦਾ ਹੋਏ ਸੀ ਤੇ 16 ਸਾਲ ਦੀ ਜਾਂ ਗਾਲਬਨ 14 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਨੂੰ ਗੁਰੂ ਦੀ ਗੱਦੀ ਦੇ ਦਿੱਤੀ ਸੀ ਤੇ ਆਪ ਇਸ ਦੁਨੀਆ ਚੋਂ ਚਲੇ ਗਏ ਸੀ ਫਿਰ ਉਸ ਤੋਂ ਬਾਅਦ ਗੁਰੂ 7ਵੇਂ ਗੁਰੂ ਸਿੱਖ ਧਰਮ ਦੇ ਗੁਰੂ ਹਰ राय ਜੀ ਨੇ ਆਪਣੇ ਵੱਡੇ ਬੇਟੇ ਦੀ ਬਜਾਏ ਛੋਟੇ ਬੇਟੇ ਗੁਰੂ ਹਰਕ੍ਰਿਸ਼ਨ ਨੂੰ ਗੁਰੂ ਬਣਾਇਆ ਸੀ ਇਹ ਵੀ ਇੱਕ ਬੜੀ ਹੈਰਾਨਕੁਨ ਗੱਲ ਹੈ ਕਿ ਵੱਡਾ ਬੇਟੇ ਨੂੰ ਛੋਟੇ ਬੇਟੇ ਨੂੰ ਇਹ ਸਵਾਸਿ ਬਣਾਇਆ ਕਿ ਉਹਦੇ ਅੰਦਰ ਜ਼ਿਆਦਾ ਕਾਬਲੀਅਤ ਸੀ ਅ ਬਾਬਾ ਗੁਰੂ ਨਾਨਕ ਜੀ ਜੋ ਕਿ ਪਹਿਲੇ ਗੁਰੂ ਨੇ ਸਿੱਖ ਧਰਮ ਦੇ ਉਹਨਾਂ ਦੀ ਸ਼ਖਸੀਅਤ ਤੇ ਸੱਤਵੇਂ ਗੁਰੂ ਗੁਰੂ ਹਰ ਅ ਨਾਮ ਪਲਗੇ ਗੁਰੂ ਹਰ राय ਜੀ ਇਹਨਾਂ ਦੀ ਸ਼ਖਸੀਅਤ ਮੇਲਦੀ ਸੀ ਕਿਉਂਕਿ ਇਹ ਦੋਵੇਂ ਬਹੁਤ ਜ਼ਿਆਦਾ ਦਇਆ ਕਰਨ ਵਾਲੇ ਮਾਫ ਕਰਨ ਵਾਲੇ ਸੈਂਸਿਟਿਵ ਪਰਸਨਲਿਟੀਆਂ ਇਸ ਦੁਨੀਆ ਚ ਗੁਜ਼ਰੀਆਂ ਨੇ ਦੋਸਤੋ ਤੁਹਾਨੂੰ ਇਹ ਕੈਸੀ ਲੱਗੀ ਵੀਡੀਓ ਮੈਨੂੰ ਕਮੈਂਟ ਚ ਜ਼ਰੂਰ ਦੱਸਿਆ ਜੇ ਤੇ ਇਹ ਇਸ ਆਪਾਂ ਨੂੰ ਬਹੁਤ ਜ਼ਿਆਦਾ ਮਾਲੂਮਾਤ ਇਸ ਕਥਾ ਚੋ ਨਹੀਂ ਮਿਲੀ ਗੁਰੂ ਹਰ Rai ਜੀ ਦੇ ਬਾਰੇ ਅਗਰ ਕਿਸੇ ਕੋਲ ਹੋਰ ਜ਼ਿਆਦਾ ਇਨਫਾਰਮੇਟਿਵ ਵੀਡੀਓ ਹੋਵੇ ਗੁਰੂ ਹਰ Rai ਜੀ ਦੇ ਬਾਰੇ ਤੇ ਤੁਸੀਂ ਮੈਨੂੰ ਸ਼ੇਅਰ ਕਰਿਆ ਜੇ ਆਪਾਂ ਉਹ ਜ਼ਰੂਰ ਸੁਣਾਗੇ ਮਿਲਨੇ ਨਵੀਂ ਵੀਡੀਓ ਨਾਲ ਅੱਲਾ ਹਾਫਿਜ਼